ਇੱਥੇ ਇੱਕ ਬੜੀ ਪਿਆਰੀ ਗੱਲ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖੀ ਹੈ। ਕਹਿੰਦੇ ਜਦੋਂ ਅੰਮ੍ਰਿਤ ਤਿਆਰ ਹੋਇਆ ਤੇ ਉਦੋਂ ਸਤਿਗੁਰਾਂ ਨੇ ਇਹਨੂੰ ਸ਼ਸਤਰ ਦਿੱਤੇ, ਆਪਣੇ ਵੱਲੋਂ ਇੱਕ ਖੰਡਾ ਵੀ ਦਿੱਤਾ। ਦੇਖੋ ਹੁਣ ਖਾਲਸੇ ਚ ਕਿੰਨੀ ਜ਼ਰੂਰਤ ਹੋਏਗੀ, ਖੰਡਾ ਵੀ ਦਿੱਤਾ। ਜਦੋਂ ਖੰਡਾ ਦਿੱਤਾ ਉਦੋਂ ਗੁਰੂ ਕੇ ਸਿੱਖ ਕੁਛ ਨਾ ਬੋਲੇ, ਸੁਣਦੇ ਰਹੇ ਸਾਰੀ ਗੱਲ। ਜਦੋਂ ਸਮਾਪਤੀ ਹੋਈ ਤੇ ਗੁਰੂ ਕੇ ਸਿੱਖ ਉਹਦੇ ਕੋਲ ਚਲੇ ਗਏ, ਬੰਦੇ ਬਹਾਦਰ ਕੋਲ ਇਕੱਠੇ ਹੋ ਕੇ। ਇਹਦਾ ਨਾਂ ਗੁਰਬਖਸ਼ ਸਿੰਘ ਸੀ, ਅਸਲ ਵਿੱਚ ਇਹਦਾ ਅਮਰ ਸ਼ਾਕੇ ਨਾਂ ਗੁਰਬਖਸ਼ ਸਿੰਘ ਪੈ ਗਿਆ ਸੀ। ਬਾਬਾ ਬੰਦਾ ਬਹਾਦਰ ਤਾਂ ਜ਼ਿਆਦਾ ਮਸ਼ਹੂਰ ਹੋ ਗਿਆ ਕਿਉਂਕਿ ਬੰਦਾ ਇਹਨੇ ਗੁਰੂ ਨਾਲ ਆਪਣੇ ਵੱਲੋਂ ਵਾਰਤਾਲਾਪ ਕੀਤਾ ਸੀ, ਬਹਾਦਰ ਇਸ ਲਈ ਇਹਨੇ ਬਹਾਦਰੀ ਬਹੁਤ ਦਿਖਾਈ ਹੈ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠਾ ਹੋਇਆ, ਗੁਰੂ ਦੇ ਦਰ ਤੇ ਬੈਠਾ ਹੋਇਆ, ਇਹਨੇ ਆਖਿਰਕਾਰ ਸਾਰੀ ਦਾਤ ਲੈ ਲਈ। ਗੁਰੂ ਕੇ ਸਿੱਖ ਖਾਲਸੇ ਨੇ ਬਚਨ ਆਖਿਆ, ਕਹਿਣ ਲੱਗੇ ਸੱਜਣਾ ਆ ਜਿਹੜਾ ਤੈਨੂੰ ਕਲਗੀਧਰ ਪਿਤਾ ਨੇ ਖੰਡਾ ਦਿੱਤਾ ਹੈ ਨਾ, ਇਹ ਵਾਪਸ ਕਰ ਦੇ। ਉਹਨੇ ਆਖਿਆ ਵੀ ਇਹ ਖੰਡਾ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਕਹਿਣ ਲੱਗੇ ਦਿੱਤਾ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਹੈ, ਉਹਨਾਂ ਨੇ ਦਿੱਤਾ ਸੀ, ਇਹ ਮੰਨਦੇ ਹਾਂ, ਉਹਨਾਂ ਨਾਲ ਅਸੀਂ ਆਪੇ ਗੱਲ ਕਰਾਂਗੇ, ਪਰ ਇਹ ਪੰਥ ਦੀ ਅਮਾਨਤ ਹੈ। ਗੁਰੂ ਗੋਬਿੰਦ ਸਿੰਘ ਵੀ ਪੰਥ ਦੀ ਅਮਾਨਤ ਹੈ, ਉਹਨਾਂ ਨੇ ਪੰਥ ਨਾਲ ਵਾਅਦਾ ਕੀਤਾ ਹੋਇਆ ਉਹ ਅਮਾਨਤ ਹੈ। ਇਹ ਖੰਡਾ ਕੋਈ ਕਿਸੇ ਇੱਕ ਬੰਦੇ ਨੂੰ ਹੱਕ ਨਹੀਂ ਕਿਸੇ ਇੱਕ ਨੂੰ ਦੇ ਦਿੱਤਾ ਜਾਏ, ਇਹ ਪੰਥ ਦੀ ਅਮਾਨਤ ਹੈ, ਪੰਥ ਦਾ ਖੰਡਾ ਹੈ ਤੇ ਪੰਥ ਕੋਲ ਹੀ ਰਹੇਗਾ। ਗੁਰੂ ਕਲਗੀਧਰ ਪਿਤਾ ਨੂੰ ਜਦੋਂ ਪਤਾ ਲੱਗਿਆ, ਸਾਹਿਬ ਉਸੇ ਵੇਲੇ ਖਿੜਖਿੜਾ ਕੇ ਹੱਸੇ, ਕਹਿਣ ਲੱਗੇ ਮੈਨੂੰ ਖੁਸ਼ੀ ਦੀ ਗੱਲ ਹੈ, ਅੱਜ ਖਾਲਸਾ ਆਪਣੀ ਵਿਰਾਸਤ ਦਾ ਮਾਲਕ ਬਣਦਾ ਜਾਂਦਾ, ਭਲੇ ਉਹ ਇਹਨਾਂ ਦਾ ਖੰਡਾ ਇਹਨਾਂ ਨੂੰ ਦੇ ਦਿਓ, ਇਹਨਾਂ ਦਾ ਖੰਡਾ ਇਹਨਾਂ ਨੂੰ ਦੇ ਦਿਓ। ਸਿੱਖ ਤਾਂ ਆਪਣੇ ਵਿਰਸੇ ਨੂੰ ਭੁੱਲ ਗਿਆ ਨਾ, ਤਾਂ ਕਰਕੇ ਹਾਲ ਹੋਇਆ ਹੋਇਆ ਇਹਦਾ ਵਿਚਾਰੇ ਦਾ, ਵਰਨਾ ਇਹਦਾ ਵਿਰਸਾ ਤਾਂ ਬਹੁਤ ਮਹਾਨ ਹੈ। ਖੈਰ